हर खुशी मनाम का नाम पर आए कहने मोहम्मदी बनती है जिस वास्ते सब बेटा बेटा हर आदमी अपनी सेहत के मुताबिक जिन्हों से उसकी कहने जहरीलियत ਉਹਦੇ ਦਿਲ ਦੇ ਅੰਦਰ ਜਿਸ ਚੀਜ਼ ਦੀ ਸਭ ਤੋਂ ਜ਼ਿਆਦਾ ਅਹਿਮੀਅਤ ਹੁੰਦੀ ਹੈ ਉਸ ਤਰ੍ਹਾਂ ਉਸ ਤਰ੍ਹਾਂ ਹੁੰਦਾ ਹੈ ਉਹਦੇ ਦਿਲ ਦੇ ਅੰਦਰ ਜਿਸ ਜਿਸ ਦੀ ਜਿਸ ਚੀਜ਼ ਦੀ ਸਭ ਤੋਂ ਜ਼ਿਆਦਾ ਅਹਿਮੀਅਤ ਹੁੰਦੀ ਹੈ ਉਸ ਤਰ੍ਹਾਂ ਖੁਸ਼ੀ ਖੁਸ਼ੀ ਮਨਾਉਂਦਾ ਉਸ ਤਰ੍ਹਾਂ ਹੋ ਰਹਾ ਹੋ ਖੁਸ਼ੀ ਮਨਾਉਂਦਾ ਮੈਨੂੰ ਬੜੀ ਫਖਰ ਨਾਲ ਕਹਿਣਾ ਪੈ ਰਿਹਾ ਮੇਰੇ ਬੱਚੇ मोहम्मद उस्मान मुस्तफाई मदवालत वालत मदवाई भाई मोहम्मद उमर मुस्तफाई भाई इनके सबसे छोटे भाई भाई मोहम्मद बिलाल लाल और इन्होंने ये काम किया जो दिल के अंदर इश्क के मुस्तफा है जिस वजह से इन्होंने अपनी खुशी भी इश्क के मुस्तफा के बल पे अगर इन्होंने दिल के अंदर की शोर होगा लेकिन खुशी नहीं अजाब खुशी नहीं है अजाब जिस खुशी के अंदर अल्लाह अल्लाह का रसूल शामिल नहीं वो खुशी नहीं है वो अजाब बिल्कुल अजाब असी के साथ एक दूसरे को बोली रहती यार क्या हाल है और कोई दूसरा पता क्यों नहीं कहता अल्हम्दुलिल्लाह ये पता है अल्हम्दुलिल्लाह मैंने अल्लाह कल समझ समझ अज आबाद आबाद इन्हें बच्चिया ने इन्हें दिवालत ने इन्हें दिवालगैन ने इन्हें दिया पूरी फैमिली ने अपने रब का शुक्र अदा किया अल्हम्दुलिल्लाह मेरा रब तू मैं आज मेरे पहला पोता अता फरमाया बाप ने किया पहला बेटा अता फरमाया चाचे ने किया पहला बेटा अता फरमाया मां ने किया पहला पोता मिलया इहदी खुशी खुशी ਅਸੀਂ ਅਲਹਮਦੁਲਿਲਾ ਰੱਬ ਤੇਰਾ ਬੜਾ ਹੀ ਸਹੀ ਤੇਰਾ ਬੜਾ ਹੀ ਸਹੀ ਅਸੀਂ ਤੇਰੀ ਖੁਸ਼ੀ ਵੀ ਆਪਣੀ ਖੁਸ਼ੀ ਵੀ ਤੇਰੇ ਮਹਿਬੂਬ ਦੀ ਯਾਦ ਤੇ ਆਜ ਤੇ ਅਸਲ ਖੁਸ਼ੀ ਆਏ ਹਾਏ ਅੱਲਾਹ ਤਾਲਾ ਇਸ ਤਰ੍ਹਾਂ ਖੁਸ਼ੀ ਮਨਾਉਣ ਦੀ ਤੌਫੀਕ عطا ਫਰਮਾ ਆਮੀਨ ਸਭ ਨੂੰ ਬੁਲਾ ਬੁਲਾ ਸਦਾ ਆਇਆ ਦੀ ਖੁਸ਼ੀ ਇਸ ਤਰ੍ਹਾਂ ਪਾਈ ਜਾਂਦੀ ਸਭ ਨੂੰ ਦਾਵਤ ਦੇਣ ਦਾ ਮਕਸਦ ਆਇਆ ਇਹੀ ਮਾਮਲਾ ਸੀ ਆਪਣੇ ਘਰ ਦਾ ਕਰ ਰਹੇ ਸੀ ਬੱਚੇ ਬੱਚੇ ਹਕੀਕਾ ਕਰਦਾ ਹੋਸ ਦੀ ਪੈਕੇ ਪਰ ਦੇ ਕਰਦੇ ਸੀ ਲੇਕਿਨ ਪਤਾ ਨਹੀਂ ਚੱਲ ਰਿਹਾ ਸੀ ਅੰਦਰ ਫਰਸ਼ ਕੀ ਚੀਜ਼ ਦੀ ਹੈ ਕਿਸ ਦੀ ਵਜ੍ਹਾ ਨਾਲ ਰਹਿਮਤ ਆਈ ਹੈ ਕਿਸ ਦੇ ਹੱਸਣੇ ਦੀ ਲਈ ਮੈਂ ਤੇ ਸਕਤੇ ਨਾ ਅੱਲਾਹ ਪਾਕ ਨੇ ਉਸਮਾਨ ਸਾਹਿਬ ਨੂੰ ਬੇਟਾ عطا ਫਰਮਾਇਆ ਤੁਸੀਂ ਵੀ ਗਵਾਹ ਹੋਵੇ ਫਰਿਸ਼ਤੇ ਵੀ ਗਵਾਹ ਹੋ ਗਏ ਮੇਰਾ ਰੱਬ ਤੇ ਹੈ ਹੀ ਗਵਾਹ ਅਸੀਂ ਸਭ ਗਵਾਹ ਹੋ ਗਏ ਮੇਰੇ ਰੱਬ ਰੱਬ ਤੂੰ ਇਹਨੂੰ ਖੁਸ਼ੀ عطا ਫਰਮਾਈ ਇਹਨੂੰ ਤੇਰੇ ਮਹਿਬੂਬ ਦੀ ਯਾਦ ਦਿਵਾ ਦੇ ਸਭ ਸਭ ਆਪਣੀ ਖੁਸ਼ੀਆਂ ਨੂੰ ਉਹਦੇ ਮਹਿਬੂਬ ਦੀ ਯਾਦ ਦਿਵਾ ਬਾਬਾ ਤੇ ਖੁਸ਼ੀ ਹੋ ਜਾਈ ਬਾਬਾ ਤੇ ਖੁਸ਼ੀ ਹੋ ਜਾਈ ਔਰ ਅਸੀਂ ਸਭ ਸਭ ਮੇਰੇ ਸਭੇ जितने लोग इस बच्चे की सेहत का तंदुरुस्ती वास्ते आफियत जिंदगी वास्ते इश्क के मुस्तफा अल्लाह ताला ने बच्चे को अता फरमाया और इन्हें वालिदैन को इश्क के मुस्तफा के सदके दीदारे मारिफा अता फरमाया आमीन इस बात का इस तो अलावा भी है कि ये बहुत जरूरी है बहुत सारे लोग बे औलाद ਸਭ ਤੋਂ ਪਹਿਲਾਂ ਸਾਡੀ ਤੁਹਾਡੀ ਜਾਂਦੀ ਜਾਪ ਕਰਵਾ ਦਾਦੇ ਕੀ ਸਭ ਤੋਂ ਪਹਿਲਾਂ ਤੁਹਾਡੀ ਜੋ ਰੱਬ ਬਣਾਇਆ ਉਸ ਤੋਂ ਬੜਾ ਕੋਈ ਰੱਬ ਨਹੀਂ ਉਸ ਤੋਂ ਬੜਾ ਕੋਈ ਡਾਕਟਰ ਨਹੀਂ ਇਬਰਾਹਿਮ ਕਹਿੰਦੇ ਨਾਮ ਸੀ ਕਿ ਪਹਿਲੀ ਔਲਾਦ ਪਤਾ ਕਿ ਕਿਤੇ ਮੱਟੀ ਹੋਈ ਸੀ 90 ਸਾਲ ਦੀ ਉਮਰ
मेरे रब ने अपने खलील नू खुशखबरी सुनाई सुनाई ऐ मेरे खलील खलील तुम्हें एक बेटा होगा इब्राहिम ने कहती अल्लाह मेरी तो उम्र ही नहीं मैं सुबह से इससे लंग लंग गुजरे मेरे रब ने फरमाया मेरे पास कि फरमाया मेरे रब ने अपने खलील अल्लाह मेरे वास्ते कोई मुश्किल नहीं ओदे वास्ते कोई मुश्किल नहीं कोई मुश्किल नहीं शादी में 1 साल हो गया 10 साल हो गया कोई मुश्किल नहीं 90 साल की उम्र में मेरे रब ने अपने खलील नबीन को बेटे की खुशी अता फरमाई असि क्यों इधर उधर बैठे हैं ना मैं बात 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 फकत अपने रब ने याद अपने रब ने याद अपने रब ने याद बेहतरीन नुस्खा वक्त असर नमाज अदा करना थी जितने बे औलाद अदा रास्ता तो वक्त असर की अल्लाह तआला ने कसम खाती थी वक्त असर माँ यानी मियाँ और बीवी दोनों नमाज असर अदा करा करें फर्ज पढ़ने के बाद दुमाशी पढ़ने का सबसे चल जा नियत नियत कर ऐ अल्लाह ਸਾਨੂੰ ਔਲਾਦ ਦੀ ਤੋਂ ਨਵਾਜ਼ ਅਗਰ ਸਾਡੇ ਹਾਂ ਬੇਟੀ ਹੋਈ ਅਜੀ ਤੇਰੇ ਮਹਿਬੂਬ ਦੀ ਬੇਟੀ ਦੇ ਨਾਂ ਤੇ ਨਾਮ ਬਣਾ ਰੱਖਣ ਅਗਰ ਬੇਟਾ ਹੋਇਆ ਤੇਰੇ ਮਹਿਬੂਬ ਦੇ ਬੇਟੇ ਦੇ ਨਾਂ ਤੇ ਨਾਮ ਬਣਾ ਰੱਖਣ ਯਕੀਨ ਜਾਨੋ ਅੱਲਾਹ ਤਾਲਾ ਤਾ ਫਰਮਾਉਂਦਾ ਕਿਸੇ ਜਗ੍ਹਾ ਤੇ ਵਾਸਤਾ ਨਾ ਚੱਲਦਾ ਹੋਵੇ ਪਾਕ ਪਾਕ ਦਾ ਵਾਸਤਾ ਦੇ ਦੁਆ ਤੋਂ ਮੰਗ ਲੋ ਜਾਂਦੀ ਹੈ ਜਦੋਂ ਨਾ ਹੀ ਅਸੀਂ ਨਾਮ ਹੀ ਅਸੀਂ ਉਸ ਪਾਕ ਬੀਬੀ ਦੇ ਨਾਮ ਤੋਂ ਰੱਖਦੇ ਨਾ ਬੇਟੀ ਦਾ ਔਰ ਬੇਟੇ ਦਾ ਨਾਮ ਹਸਨ ਜਾਂ ਹੁਸੈਨ ਰੱਖਦੇ ਨਾ ਸੁਭਾਨ ਅੱਲਾਹ ਤੇ ਕਰੀਮ ਆਕਾ ਦੀ ਮਿਹਰਬਾਨੀ ਨਾਲ ਉਲਾਦ ਦੇ ਮਦੀਨਾ ਦੀ ਦੌਲਤ ਤੋਂ ਮਾਲਾ ਮਾਲ ਮਾਲ ਉਹ ਸਭ ਤੋਂ ਉਸ ਤੋਂ ਵੀ ਜ਼ਰੂਰੀ ਬਾਤ ਔਰ ਤਾਂ ਦੀ ਆਦਤ ਹੋ ਚੁੱਕੀ ਹੈ ਕੁਛ ਅਰਸੇ ਤੋਂ ਸਰ ਤੇ ਦੁਪੱਟਾ ਨਹੀਂ ਲੈਣਾ ਜਿਹਦੀ ਔਰਤ ਆਪਣੇ ਘਰ ਦੇ ਆਦਮੀ ਸਿਰ ਤੇ ਦੁਪੱਟਾ ਨਹੀਂ ਲੈਂਦੀ ਸ਼ੈਤਾਨ ਕਹਿੰਦਾ ਘਰ ਮੇਰਾ ਹੈ ਔਰਤ ਝਾੜੂ ਦੇ ਰਹੀ ਹੈ ਇਬਾਦਤ ਆਦਤ ਔਰਤ ਬਰਤਨ ਧੋ ਰਹੀ ਹੈ ਇਬਾਦਤ ਆਦਤ ਜਿਤਨੇ ਘਰ ਦੀ ਔਰਤ ਕੰਮ ਕਰਦੀ ਹੈ ਇਬਾਦਤ ਹੀ ਗਿਣਿਆ ਜਾਂਦਾ ਲੇਕਿਨ ਅਸੀਂ ਇਬਾਦਤ ਕਰਦੇ ਹਾਂ ਤੇ ਦੁਪੱਟਾ ਕਿਸੇ ਕਿਸ ਜਗ੍ਹਾ ਪਿਆ ਹੋਇਆ ਹੈ ਉਸ ਤੋਂ ਬਗੈਰ ਘਰ ਦਾ ਕੰਮ ਕਰਾਂ ਕੋਈ ਇਬਾਦਤ ਕਿਸੇ ਹੋਰ ਚੀਜ਼ ਦੀ ਬਦਲ ਜਾਂਦੀ ਹੈ ਤਮਾਮ ਜਿੰਨੀ ਖਵਾਤੀਨ ਆਪਣੇ ਘਰ ਦੇ ਅੰਦਰ ਤੋਂ ਬਰਤ ਮਰਜ਼ੂਰੀ ਦਾ ਨਹੀਂ ਕਰਦੀ ਦੁਪੱਟਾ ਮਰਤਮ ਪਾ ਦੋ ਝਾੜੂ ਫੜ ਰਹੇ ਲਾ ਇਲਾਹ ਇਲਾਹ ਜ਼ਿਕਰ ਇਲਾਹ ਇਲਾਹ ਕਰਦੇ ਆਟਾ ਗੁੰਨਾ ਗਿਆ ਲਾ ਇਲਾਹ ਇਲਾਹ ਸਬਜ਼ੀ ਬਣਾ ਰਹੀ ਹੈ ਲਾ ਇਲਾਹ ਹਾਂਡੀ ਬਣਾ ਰਹੀ ਹੈ ਲਾ ਇਲਾਹ ਇਲਾਹ ਉਸ ਘਰ ਦੇ ਅੰਦਰ ਰਹਿਮਤ ਹੀ ਰਹਿਮਤ ਰਹਿਮਤ ਹੀ ਰਹਿਮਤ ਕੋਈ ਕੰਮ ਕਰਦੇ ਚਾਹੇ ਬਣਾ ਲਓ ਲਾ ਇਲਾਹ ਇਲਾਹ ਅੱਲਾਹ ਫਰਮਾਰੇ ਮੂਰ ਸਮਾਵਾਤ ਦੀ ਵਲਣ ਵਲਣ ਜ਼ਮੀਨ ਔਰ ਅਸਮਾਨ ਦੇ ਅੰਦਰ ਜੋ ਕੁਛ ਹੈ ਮੇਰਾ ਨੂਰ ਉਹ ਨੂਰ ਕਿਦਾਂ ਬਣਾਉਂਗੇ ਕਹਿੰਦਾ ਮੇਰਾ ਜ਼ਿਕਰ ਅਫਸਰ ਤਰੀਨ ਜ਼ਿਕਰ ਲਾ ਇਲਾਹ ਇਲਾਹ ਕਰਦੇ ਅੰਦਰ ਰਹਿਮਤ ਬਰਸੇ ਰਹਿਮਤ ਬਰਸੇ ਬੇਬਰਤੀ ਨਹੀਂ ਹੋਈ ਬੇਸਤੀ ਨਹੀਂ ਹੋਈ ਸਕੂਨ ਹੋਏਗਾ ਹਰ ਮਾਂ ਦੀ ਖਾਇਸ਼ ਹੈ ਮੇਰਾ ਬੇਟਾ ਤੰਦਰੁਸਤ ਹੋਵੇ ਮੇਰਾ ਖਾਵਨ ਤੰਦਰੁਸਤ ਹੋਵੇ ਮੇਰੀ ਬੇਬੀ ਤੰਦਰੁਸਤ ਹੋਵੇ ਡਾਕਟਰਾਂ ਤੋਂ ਸਭ ਤੋਂ ਆਲਾ ਦਵਾਈ ਲਾ ਇਲਾਹ ਇਲਾਹ ਨਾ ਉਸ ਖਾਨੀ ਦੀ ਬਰਕਤ ਉਸ ਖਾਨੀ ਦੀ ਨੂਰ ਉਸਦੀ ਵਜ੍ਹਾ ਨਾਲ ਅੱਲਾਹ ਤਾਲਾ ਉਲਾਦ ਦੇ ਮਦੀਨਾ ਦੀ ਜਨਮ ਤੋਂ ਮਾਦਾ ਨਾਲ ਸਮਾਪਤ ਹੋਇਆ ਬਾਵਜੂਦ ਇਹਨਾਂ ਬੁਲਾਇਆ ਅਗਰ ਔਰਤ ਵਜ਼ੂ ਕਰਕੇ ਖਾਣਾ ਪਕਾਏ ਬਹੁਤ ਆਲਾ ਤਾਲਾ ਉਲਾ ਕਾ ਉਲਾ ਯਾਨੀ ਬਹੁਤ ਆਲਾ ਕਾਮ ਅੱਲਾਹ ਕਰੀਮ ਚੁੱਚੀ ਬਾਤਾਂ ਨਾਲ ਚੁੱਚੀ ਤੇ ਅਮਲ ਕਰਨ ਦੀ ਤੌਫੀਕ عطا ਫਰਮਾਏ ਇਸ ਅਮਲਾਂ ਨਾਲ ਆਖਰਤ ਇਸ ਅਮਲਾਂ ਨਾਲ ਨਾਸ਼ੀ ਆ ਅੱਲਾਹ ਤਾਲਾ ਤਾਲਾ ਸਾਡੀ ਖੁਸ਼ੀ ਨੂੰ ਕਬੂਲ ਫਰਮਾਏ ਜੋ ਸਲਾਮ ਹੋਏਗਾ ਦੁਆਇਆ ਹੋਏਗਾ ਤੁਹਾਡਾ ਲੰਗਰ ਰਹੇਗਾ